तोरी ना टूटे छोरी ना छूटे, तोरी ना टूटे छोरी ना छूटे, ऐसी माधो खिंचतने मुँह लालन संप्रीत बने, तोरी ना टूटे छोरी ना छूटे। मैं तेरे दरबार का गल पटा पा के तेरे दर ते खलोता गुलाम कुकर हाँ, हम कुकर तेरे दरबार ते जेड़ा दरबार का कुकर होवे उसका काम की हुंदा है। ਕਰਦਾ ਕੋਈ ਮੈਂਬਰ ਉਸ ਵਿਹੜੇ ਵਿੱਚ ਆਵੇ, ਉਹ ਉਹਦੇ ਦੁਆਲੇ ਪਰਿਕਰਮਾ ਕਰਦਾ, ਆਪਣਾ ਪਿਆਰ ਜਿੱਤ ਲੈਂਦਾ, ਤੂੰ ਇਸ ਘਰ ਦਾ ਮੈਂਬਰ ਹੈ, ਪਛਾਣ ਲੈਂਦਾ। ਜਿੰਨੀ ਪਛਾਣ ਕੂਕਰ ਨੂੰ ਹੈ ਹੋਰ ਕਿਸੇ ਨੂੰ ਨਹੀਂ ਹੋ ਸਕਦੀ। ਗੁਰੂ ਨੇ ਐਵੇਂ ਨਹੀਂ ਆਖ ਦਿੱਤਾ, ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਣ ਤਜਤ ਨਹੀਂ ਦੇਣਗੇ। ਨਾਨਕ ਹਰ ਭਜੋ ਕੁੱਕਰ ਕੋਲੋਂ ਮਾਲਕ ਨਾਲ ਰਿਸ਼ਤਾ ਕਾਇਮ ਕਰਨਾ ਸਿੱਖ, ਉਹਦੀ ਕਿੰਨੀ ਪਛਾਣ ਦੀ ਡੀਪ ਅੱਖ ਹੈ, ਡੂੰਘੀ ਨਿਗਾਹ ਹੈ, ਦੂਰ ਅੰਦੇਸ਼ੀ ਹੈ, ਪਲ ਵਿੱਚ ਪਛਾਣ ਲੈਂਦਾ। ਰਾਤ ਦੇ ਅੰਧੇਰੇ ਵਿੱਚ ਵੀ ਹੱਥ ਪਸਾਰਿਆਂ ਕੁਝ ਨਾ ਦਿਸਦਾ ਹੋਵੇ, ਰਾਤ ਦੇ ਅੰਧੇਰੇ ਵਿੱਚ ਵੀ ਮਾਲਕ ਆ ਜਾਏ ਨਾ, ਉਹ ਕਦੀ ਨਹੀਂ ਪਰੇਸ਼ਾਨ ਹੁੰਦਾ, ਉਹਨੂੰ ਪਤਾ ਘਰ ਦਾ ਮਾਲਕ ਹੈ। ਮੈਂ ਇਹਦਾ ਕੁੱਕਰ ਹਾਂ, ਤੇ ਜੇ ਚੋਰ ਘਰ ਆ ਜਾਏ, ਮਨ ਵਿੱਚ ਫੈਸਲਾ ਹੈ, ਮੇਰਾ ਫੈਸਲਾ ਨਹੀਂ, ਜੇ ਚੋਰ ਘਰ ਆ ਜਾਏ ਕਦੀ ਘਰ ਵਿੱਚ ਦੇਖ ਲਿਓ, ਤੁਹਾਡੇ ਵਿੱਚੋਂ ਵੀ ਕਈਆਂ ਨੇ ਕੁੱਕਰ ਰੱਖੇ ਹੋਏ। ਦੇਰ ਸਵੇਰ ਰਾਤ ਅੰਧੇਰੇ ਵਿੱਚ ਵੀ ਆਓ, ਕਿਵੇਂ ਉਹ ਤੁਹਾਡੇ ਦੁਆਰੇ ਦੌੜ ਕੇ ਹੁੰਦੇ ਨੇ ਤੇ ਪਿਆਰ ਲੈਣਾ ਚਾਹੁੰਦੇ ਨੇ। ਉਹ ਇੱਕ ਰੋਟੀ ਦੇ ਟੁਕੜੇ ਤੇ ਆਪਣੀ ਜਾਨ ਨਿਸ਼ਾਵਰ ਕਰਨ ਵਾਲਾ ਕੁੱਕਰ ਵੀ ਸਮਝਦਾ ਹੈ ਇਹ ਮੇਰਾ ਮਾਲਕ ਹੈ। ਵਿਖਾਵੇ ਤੁਹਾਡੇ ਘਰ ਵਿੱਚ ਕੋਈ ਅਣਜਾਣ ਆਦਮੀ ਜਿਹਨੂੰ ਨਾ ਪਛਾਣਦਾ ਹੋਵੇ ਉਹ ਆ ਜਾਏ, ਵੇਖ ਲਿਓ ਕੁੱਕਰ ਅਸਮਾਨ ਤੋਂ ਸਿਰ ਤੇ ਚੁੱਕ ਲੈਂਦਾ, ਇੰਨਾ ਭੌਂਕਦਾ ਇੰਨਾ ਭੌਂਕਦਾ। ਉਹਨੂੰ ਕੋਈ ਚੁੱਪ ਵੀ ਕਰਾਉਣਾ ਚਾਹੇ ਤਦ ਵੀ ਨਹੀਂ ਚੁੱਪ ਹੁੰਦਾ, ਆਖਦਾ ਮੇਰੇ ਘਰ ਵਿੱਚ ਕੋਈ ਅਣਜਾਣ ਜਿਹਦਾ ਕੋਈ ਸੰਬੰਧ ਨਹੀਂ ਮੇਰੇ ਘਰ ਨਾਲ, ਉਹ ਆ ਬਣਿਆ, ਮੇਰੇ ਮਾਲਕ ਦਾ ਘਰ ਹੈ। ਕਿੰਨਾ ਖੂਬਸੂਰਤ ਲਫ਼ਜ਼ ਵਰਤਿਆ ਨੇ, ਹੇ ਮੇਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਮੈਂ ਤੇਰੇ ਦਰ ਦਾ ਕੂਕਰ ਹਾਂ, ਕਿਸੇ ਚੋਰ ਨੂੰ ਇਸ ਵਿਹੜੇ ਵੜਦਾ ਨਹੀਂ ਦੇਖ ਸਕਦਾ, ਬਸ ਮੇਰਾ ਇੱਕੋ ਹੀ ਹੈ, ਤੇਰਾ ਗੁਲਾਮ। ਸੰਤਾਂ ਮਾਨੋ ਜਿਹੜੇ ਤੇਰੇ ਨੇ ਉਹਨਾਂ ਦਾ ਸਤਿਕਾਰ ਕਰਨਾ, ਜਿਹੜੇ ਮੇਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੇ
ਦੇ ਹੁਕਮਾਂ ਤੇ ਉਹਨਾਂ ਦੀ ਮਰਿਆਦਾ ਵਿੱਚ ਜੀਵਨ ਗੁਜ਼ਾਰਨ ਵਾਲੇ ਨੇ, ਮੈਂ ਉਹਨਾਂ ਦਾ ਸੇਵਕ, ਉਹਨਾਂ ਦਾ ਸਤਿਕਾਰ ਕਰਨਾ, ਸ਼ੰਤਾ ਮਾਨੋ। ਤੇ ਜਿਹੜੇ ਦੂਤ ਬਣ ਕੇ ਗੁਰੂ ਘਰ ਦੇ ਮਹਾਨ ਅਦਬ ਨੂੰ ਠੇਸ ਪਹੁੰਚਾਉਣਾ ਚਾਹੁੰਦੇ ਨੇ, ਮੈਂ ਉਹਨਾਂ ਦਾ ਲਿਹਾਜ਼ ਨਹੀਂ ਕਰਾਂਗਾ, ਭੌਂਕਾਂਗਾ, ਦਿਨ ਰਾਤ ਭੌਂਕਾਂਗਾ, ਤੇਰੇ ਦਰ ਤੇ ਰਹਿੰਦਾਂਗਾ। ਸ਼ੰਤਾ ਮਾਨੋ ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ, ਹਮ ਕੂਕਰ ਤੇਰੇ ਦਰਬਾਰ, ਭੌਂਕੇ ਆਗੇ ਬਦਨ ਪਸਾਰ। ਇਹ ਮੇਰੇ ਸਤਿਗੁਰੂ, ਮੈਂ ਕੇਵਲ ਕੁਛ ਮਹੀਨਿਆਂ ਦਾ, ਕੁਝ ਵਰ੍ਹਿਆਂ ਦਾ ਤੇਰਾ ਦਰ ਦਾ ਕੁੱਕਰ ਨਹੀਂ, ਪਤਾ ਨਹੀਂ ਕਿੰਨੇ ਜਨਮਾਂ ਤੋਂ, 300 ਵਰ੍ਹਾਂ ਤੇ ਮੈਂ ਦੇਖਿਆ ਹੀ ਤੈਨੂੰ, ਹੈ ਆਪਣੇ ਹਰ ਜਨਮ ਵਿੱਚ ਇਸ ਤੋਂ ਬਿਆਰ ਇਲਾਵਾ ਮੈਨੂੰ ਕੋਈ ਦਿਸਿਆ ਹੀ ਨਹੀਂ। ਇਸ 300 ਵਰ੍ਹੇ ਵਿੱਚ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੀ ਦੇਖਿਆ, ਭਾਵੇਂ ਕਿਸੇ ਰੂਪ ਵਿੱਚ ਇੱਥੇ ਆਇਆ, ਮੈਨੂੰ ਹੋਰ ਕੋਈ ਨਹੀਂ ਦਿਸਿਆ। ਪੂਰਵ ਜਨਮ ਹਮ ਤੁਮਰੇ ਸੇਵਕ, ਮੇਰਾ ਤੇਰਾ ਸੰਬੰਧ ਜਨਮਾਂ ਜਨਮਾਂ ਤਰ੍ਹਾਂ ਦਾ ਹੈ। ਅਬ ਤੋਂ ਮਿਟਿਆ ਨਾ ਜਾਈ, ਤੇ ਉਹ ਸੰਬੰਧ ਅੱਜ ਮੇਰੇ ਤੇ ਦਰਮਿਆਨ, ਤੇਰੇ ਦਰਮਿਆਨ ਕੋਈ ਖੜਾ ਹੋ ਕੇ ਤੋੜਨਾ ਚਾਹੇ, ਐਸਾ ਹੋ ਹੀ ਨਹੀਂ ਸਕਦਾ। ਹੁਣ ਇਹ ਸੰਬੰਧ ਨਹੀਂ ਟੁੱਟ ਸਕਦਾ। ਕਿਉਂ ਨਹੀਂ ਟੁੱਟ ਸਕਦਾ? ਕਿਉਂਕਿ ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਦਗਾਈ, ਤੇਰੇ ਜਿਹੜੇ ਤੇਰੇ ਦੁਆਰ ਤੇ ਗੁਰਬਾਣੀ ਦੀ ਸਹਿਜ ਦੀਆਂ ਧੁਨਾਂ, ਅੰਮ੍ਰਿਤਮਈ ਬਾਣੀ ਹੈ ਨਾ, ਬਸ ਉਹ ਮੇਰੇ ਮੱਥੇ ਤੇ ਮਨ ਨੂੰ ਇੱਕ ਮੋਹਰ ਲੱਗ ਗਈ ਹੈ। ਤੇ ਮੱਥੇ ਤੇ ਲੱਗੀ ਹੋਵੇ ਮੋਹਰ, ਉਹ ਸਿਪਾਹੀ ਦਰ ਛੱਡ ਕੇ ਜਾ ਸਕਦਾ? ਦਾਗੇ ਹੋਏ ਸੋਰਣ ਮੈਂ ਜੂਝੇ, ਬਿਨ ਦਾਗੇ ਭੱਗ ਜਾਈ, ਬਸ ਮੇਰੀ ਹਾਲਤ ਇਹ ਹੈ। ਮੈਂ ਤੈਨੂੰ ਪਛਾਣਨਾ, ਕੋਈ ਤੇਰੇ ਕੱਪੜੇ ਪਾ ਕੇ, ਕੋਈ ਤੇਰਾ ਰੂਪ ਬਣਾ ਕੇ ਵੀ ਇਸ ਘਰ ਦੇ ਵਿਹੜੇ ਵੜਨਾ ਚਾਹੇ, ਮੈਨੂੰ ਖੁਸ਼ਬੂ ਆ ਜਾਂਦੀ ਹੈ। ਮੈਂ ਤੇਰੀ ਖੁਸ਼ਬੂ ਨੂੰ ਪਛਾਣਨਾ। ਹੈਰਾਨ ਹੁੰਦਾ ਵੀਰੋ, ਅੱਜ ਸਾਨੂੰ ਵਾਰ ਵਾਰ 300 ਵਰ੍ਹੇ ਬਾਅਦ ਵੀ ਅਜੇ ਸਟੇਜਾਂ ਤੇ ਆਖਣਾ ਪਵੇ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਸਾਨੂੰ ਆਖਣਾ ਪਵੇ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਅਜੇ ਕੋਈ ਸ਼ੱਕ ਹੈ ਇਹਦੇ ਮੁਕਾਬਲੇ ਤੇ? ਕੋਈ ਹੋ ਸਕਦਾ ਜਿਹੜਾ ਹੋਰ ਬਿਠਾਉਣ ਦੀ ਕੋਸ਼ਿਸ਼ ਹੈ ਨਾ, ਅੱਜ ਤੋਂ ਨਹੀਂ ਚੱਲੀ, ਗੁਰੂ ਦੀ ਦੇਹ ਵੇਲੇ ਤੋਂ ਸ਼ੁਰੂ ਹੋ ਗਈ। ਗੁਰੂ ਅਰਜਨ ਸਾਹਿਬ ਸਿੰਘਾਸਨ ਤੇ ਬੈਠੇ, ਪ੍ਰਸਿੱਧ ਚੰਦ ਦਾ ਸਿੰਘਾਸਨ ਬਰਾਬਰ ਲਵਾ ਦਿੱਤਾ ਗਿਆ। ਉਹਨੇ ਵੀ ਵਕਤ ਦੀਆਂ ਸਰਕਾਰਾਂ ਤੇ ਸਾਜਿਸ਼ਕਾਰ ਲੋਕਾਂ ਦਾ ਸਹਾਰਾ ਲਿਆ। ਐਵੇਂ ਨਹੀਂ ਸੁਲੇਖਾ ਪਠਾਨ ਵਰਗੇ ਗੁਰੂ ਅਰਜਨ ਸਾਹਿਬ ਦੇ ਦਰਬਾਰ ਉੱਤੇ ਚੜ੍ਹਾਈ ਕਰਕੇ ਆਏ, ਇਹ ਗੱਲ ਵੱਖਰੀ ਹੈ। ਉਸ ਇਤਿਹਾਸ ਨੂੰ ਅੱਜ ਵੀ ਦੁਹਰਾ ਕੇ ਵੇਖਣਾ, ਸੁਲੇਖਾ ਪਠਾਨ ਪ੍ਰਿਥੀ ਚੰਦ ਦਾ ਭੜਕਾਇਆ ਹੋਇਆ ਆਇਆ ਤੇ ਕਿਸ ਤਰ੍ਹਾਂ ਖਤਮ ਹੋ ਗਿਆ ਸੰਸਾਰ ਤੋਂ, ਇਹ ਵੀ ਸਾਡਾ ਇਤਿਹਾਸ ਹੈ। ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ,
ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰੀ ਰਚਿਆ ਤਿਨ ਦੀਨਾ ਥਾਕ। ਇਹ ਸੂਹੀ ਖਾਂ ਦਾ ਹਸ਼ਰ ਹੈ ਜਿਹੜਾ ਪ੍ਰਿਥੀ ਚੰਦ ਦੇ ਆਖੇ ਗੁਰੂ ਘਰ ਨੂੰ ਬਰਬਾਦ ਕਰਨ ਲਈ ਆਇਆ ਅਤੇ ਬਰਾਬਰ ਦਾ ਸ਼ਰੀਕ ਪ੍ਰਿਥੀ ਚੰਦ ਨੂੰ ਬਿਠਾਉਣ ਆਇਆ। ਇਹ ਉਸ ਬਕਨ ਤੋਂ ਚੱਲੀ ਗੱਲ ਸਫਲ ਨਹੀਂ ਹੋਇਆ। ਬਕਨ ਦੀਆਂ ਸਰਕਾਰਾਂ ਦਾ, ਵਕਤ ਦੀਆਂ ਸਾਜ਼ਿਸ਼ਾਂ ਦਾ, ਸਾਜ਼ਿਸ਼ਕਾਰਾਂ ਦਾ, ਸ਼ਕਤੀਆਂ ਦਾ ਸਹਾਰਾ ਲਿਆ, ਉਹਨੇ ਵੀ ਲਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੇਲੇ ਧੀਰ ਮੱਲ ਵਰਗਿਆਂ ਦੀਆਂ 22 ਮੰਜੀਆਂ ਬਰਾਬਰ ਲਾ ਦਿੱਤੀਆਂ ਗਈਆਂ। ਇਹ ਵੇਲੇ ਦੀਆਂ ਗੱਲਾਂ ਕਰ, 22 ਮੰਜੀਆਂ ਲਗਾ ਦਿੱਤੀਆਂ ਗਈਆਂ। ਉਦੋਂ ਵੀ ਕੋਈ ਮੱਖਣ ਸ਼ਾਲੂਬਾਣਾ ਪੈਦਾ ਹੋਇਆ ਤਾਂ ਗੁਰੂ ਜਾਣਦਾ ਹੈ। ਪਤਾ ਨਹੀਂ ਕਿਸ ਨੂੰ ਸ਼ਕਤੀ ਦੇਣੀ ਹੈ ਮੱਖਣ ਸ਼ਾਹ ਲੁਬਾਣੇ ਵਾਲੀ, ਪਰ ਮੈਂ ਅੱਜ ਹੀ ਕਰਨਾ ਇੱਕ ਖਿਆਲ ਕਰਿਓ, ਅੱਜ ਹਰ ਸਿੱਖ ਮੱਖਣ ਸ਼ਾਹ ਲੁਬਾਣਾ ਬਣ ਜਾਏ, ਲੋੜ ਹੈ ਜੀ। ਉਦੋਂ ਮੱਖਣ ਸ਼ਾਹ ਲੁਬਾਣਾ ਨਾ ਪੈਦਾ ਹੁੰਦਾ, 22 ਮੰਜੀਆਂ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਵਾਰਿਸ ਗੁਰੂ ਤੇਗ ਬਹਾਦਰ ਪਾਤਸ਼ਾਹ ਨੌਵੀਂ ਜੋਤ ਛੁਪਾ ਕੇ ਰੱਖ ਦਿੱਤੀ ਜਾਂਦੀ। ਪਰ ਨਹੀਂ, ਇੱਕ ਮੱਖਣ ਸ਼ਾਹ ਲੁਬਾਣਾ ਪੈਦਾ ਹੋਇਆ ਜਿਹਨੇ ਕੋਠੇ ਤੇ ਚੜ੍ਹ ਚੜ੍ਹ ਹੋ ਕੇ ਦਿੱਤੇ। ਦੁਨੀਆਂ ਦੇ ਲੋਕੋ, ਕਿਤੇ ਭੁਲੇਖੇ ਵਿੱਚ ਨਾ ਪੈ ਜਾਇਓ। ਦੁਨੀਆਂ ਦੇ ਲੋਕੋ, ਕਿਤੇ ਮੁਗਾਲਤੇ ਵਿੱਚ ਨਾ ਪੈ ਜਾਵੇ। ਇਹਨੂੰ 22 ਮੰਜੀਆਂ ਨੇ ਲੱਗਿਆ ਰਹਿ ਜਾਣਾ ਹੈ। ਸਾਡਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਆਖਿਆ ਨਾ, ਅੱਜ ਤੱਕ ਯਾਦ ਕਰਦੇ ਇਹ ਉਦੋਂ ਤੋਂ ਚੱਲੇ ਆ।